अकाल चैनल नू सब्सक्राइब करो, नवी वीडियोस दी नोटिफिकेशन दे लई बेल आइकन नू क्लिक करना ना भूलना। ओ यार लेट हो गया, कितना टाइम हो गया, एक तो बस नहीं आ रही, की कीता जावे की कीता जावे। एक तो इत्थे कोई पता पता भी है नहीं यार जिदे कोल मैं पूछ लां की कितने टाइम नू बस आऊगी। ओए होए होए टाइम वेखा, टाइम तो याद आया, टाइम वेखा, ओ टाइम कित्थों वेखा यार, मेरी तो घड़ी का सैल मुक्या होया सी, वो तो मैं सैल पोनी दे रही है, मोबाइल ते देखते हैं, वो तेरी सी, 12 बज गए, मैनू लगता काका तेरे ही 12 बजे पैने, एक ए दे नहीं, ए दे भी, तेनू पता तो है चंगा भला भी इहदा तां टाइम गलत आ, ओए यार हुण कीता की जावे, वो मेरा दिल करता भी इहनू ना इहनू मोबाइल च सुट दियां, पर सुट्टां कहनू यार, आईडी मुश्किल नाल तां पहलां किस्तां ते लिया, महा कितें जाके तेरियां किस्तां लाइयां, सुट्टना कहा तो माड़ी मोटी गल कोई है तो यार बस नहीं आती पी हूँ करा कि नौकरी तो पहला देना मेरा मैनू लगता भी अज ये बस वालिया ने मेरा नौकरी का जोड़ा पहला दिन है ना मेरा आखिरी दिन कर देना जी बस नहीं आती पी है करा कि आना करा कि वो काकिया एदू चंगा तू करो स्कूटर ही लिया घट्टो घट टाइम नाल पहुँचता जाता पर स्कूटर कितों लिया वोदा तेल है तेल पवा लेंदा तेल मैं कितों पवा लेंदा यार एक तेरा मन कहना तेल पवा तेल कितों पवा लेंदा अज जड्डा सरकार ने महंगा तेल कर दिता तेल कितने अजकल बंदा आम बंदे की गुंजाइश ही नहीं है तेल पाना तो दूर की गल है वह माड़ा बंदा तो पंप से जाके पानी नहीं पीता वह तेल पाना तो दूर की गल आ माड़ा बंदा तो पंप से जाके पानी नहीं पीता भी कितने पानी तो पैसे ना पा देना उन्हें यार किया कि जाए एक तो कोई आता नहीं पाया यार पूछिए कितनों चल कोई नहीं उड़ीक दिया बस नब्बा ਉਹ ਭੇਜਦੇ ਬੱਸ ਉਹ ਭੇਜਦੇ ਬੱਸ ਬੜਾ ਲੇਟ ਹੋ ਗਿਆ ਭਾਈ ਸਾਹਿਬ ਟਾਈਮ ਕੀ ਹੋਇਆ ਮੈਨੂੰ ਨਹੀਂ ਪਤਾ ਯਾਰ ਮੈਨੂੰ ਨਹੀਂ ਪਤਾ ਟਾਈਮ ਭਾਜੀ ਪਤਾ ਤਾਂ ਹੋਊਗਾ ਆਪ ਫੋਨ 'ਤੇ ਦੇਖ ਲਓ ਟਾਈਮ ਦੱਸ ਦਿਓ ਭਾਜੀ ਫੋਨ 'ਤੇ ਟਾਈਮ ਦੱਸ ਦਿਓ ਯਾਰ ਨਹੀਂ ਮੈਨੂੰ ਪਤਾ ਯਾਰ ਇਹਦੇ ਟਾਈਮ ਗਲਤ ਆ ਯਾਰ ਟਾਈਮ ਗਲਤ ਹੈ ਭਾਜੀ ਮੈਂ ਇੱਕ ਗੱਲ ਹੈ ਆ ਬੰਦੇ ਨੂੰ ਨਾ ਟਾਈਮ ਟੂਮ ਜਾਣਾ ਸਹੀ ਕਰਕੇ ਰੱਖਣਾ ਚਾਹੀਦਾ ਕਦੇ ਕੋਈ ਟਾਈਮ ਟੂਮ ਹੀ ਪੁੱਛ ਲੈਂਦਾ ਮੈਂ ਇੱਕ ਗੱਲ ਕਹਾਂ ਲੈ ਕਹੋ ਕਹੋ ਇੱਦਾਂ ਹੀ ਟਾਈਮ ਪਾਸ ਕਰਨਾ ਗੱਲਾਂ ਰਾਹੀਂ ਆਪਾਂ ਕਹੋ ਬੰਦੇ ਨੂੰ ਨਾ ਆਪਣੇ ਨਾਲ ਇੱਕ ਡਾਂਗ ਵੀ ਰੱਖਣੀ ਚਾਹੀਦੀ ਆ ਉਹ ਕਿਉਂ ਜੀ ਬਾਈ ਚਾਂਸ ਬੰਦੇ ਦੇ ਫੋਨ ਦਾ ਟਾਈਮ ਗਲਤ ਹੋਵੇ ਉੱਤੋਂ ਬੰਦਾ ਪਰੇਸ਼ਾਨ ਹੋਵੇ ਤੇ ਤੇਰੇ ਵਰਗਾ ਆ ਕੇ ਵਿੱਚ ਤੰਗ ਕਰੇ ਨਾ ਫਿਰ ਉਹਦੇ ਲਈ ਦਾਗ ਹੋਣੀ ਬੜੀ ਜ਼ਰੂਰੀ ਆ ਕਿ ਜੇ ਤੰਗ ਕਰੇ ਤਿੰਨ ਚਾਰ ਰੱਖੇ ਮੋਰਾਂ ਦੇ ਵਿੱਚ ਭਾਜੀ ਲੜਾਈ ਲੜੂਈ 'ਚ ਕੀ ਰੱਖਿਆ ਦੱਸੋ ਕੋਈ ਫਾਇਦਾ ਨਹੀਂ ਅੱਛਾ ਲੜਾਈ 'ਚ ਕੁਛ ਨਹੀਂ ਰੱਖਿਆ ਇੱਧਰ ਆ ਲੜਾਈ ਦੇ ਵਿੱਚ ਪਤਾ ਕੀ ਕੁਛ ਰੱਖਿਆ ਲੜਾਈ ਦੇ ਵਿੱਚ ਰੱਖਿਆ ਕਲੇਸ਼ ਲੜਾਈ ਦੇ ਵਿੱਚ ਰੱਖੀਆਂ ਡਾਂਗਾ ਜਿਹਦੀ ਮੈਂ ਹੁਣ ਗੱਲ ਕੀਤੀ ਹੈ ਲੜਾਈ ਦੇ ਵਿੱਚ ਰੱਖੀਆਂ ਕਿਰਪਾਨਾਂ ਲੜਾਈ ਵਿੱਚ ਰੱਖੀਆਂ ਕਿਰਚਾਂ ਲੜਾਈ ਵਿੱਚ ਰੱਖੇ ਨੇ ਮੁੱਕੇ ਲੜਾਈ ਵਿੱਚ ਰੱਖੀਆਂ ਵੱਡੀਆਂ ਵੱਡੀਆਂ ਧਾਰਾਵਾਂ 306 ਉਹ 307 ਉਹ 26 ਹੋਰ ਪਤਾ ਨਹੀਂ ਕਿੰਨੀਆਂ ਧਾਰਾਵਾਂ ਅਤੇ ਜੇ ਕਿਤੇ ਸਾਰਾ ਕੁਛ ਹੋਣ ਤੋਂ ਬਾਅਦ ਗੱਲ ਠਾਣੇ ਪਠਾਣੇ ਆ ਜਾਏ ਅਤੇ ਲੜਾਈ ਵਿੱਚ ਰੱਖਿਆ ਰਾਜ਼ੀਨਾਮਾ ਉਹ ਤਾਂ ਤੈਨੂੰ ਮੈਂ ਦੱਸਦਾ ਕਈ ਵਾਰੀ ਰਾਜ਼ੀਨਾਮਾ ਵੀ ਮਹਿੰਗਾ ਪੈ ਜਾਂਦਾ ਹੁੰਦਾ ਜੀ ਉਹ ਕਿੱਦਾਂ ਜੀ ਜਦੋਂ ਗੱਲ ਸਾਰੀ ਨਿਬੜ ਜਾਂਦੀ ਨਾ ਗੱਲ ਠਾਣੇ ਪਠਾਣੇ ਹੋ ਜਾਂਦੀ ਆ ਫਿਰ ਪੁਲਿਸ ਵਾਲੇ ਪਤਾ ਹੀ ਕਹਿੰਦੇ ਨੇ ਹਾਂ ਵੀ ਤੂੰ ਰਾਜੀ ਰਾਜੀ ਹਾਂ ਫਿਰ ਦੂਜੇ ਨੂੰ ਪੁੱਛਦੇ ਹਾਂ ਵੀ ਤੂੰ ਰਾਜੀ ਕਹਿੰਦਾ ਰਾਜੀ ਕਹਿੰਦੇ ਲਿਆਓ ਨਾਵਾਂ ਉੱਥੇ ਵੀ ਪੈਸੇ ਲੱਗ ਜਾਂਦੇ ਹੁੰਦਾ ਜੀ ਹੋ ਗਿਆ ਨਾ ਰਾਜੀ ਨਾਵਾਂ ਮਾੜੀ ਗੱਲ ਆ ਵੈਸੇ ਉਹ ਮਾੜੀ ਗੱਲ ਤੇਰੇ ਲਈ ਵੀ ਬੜੀ ਹੋ ਜਾਣੀ ਓ ਮੈਂ ਤੈਨੂੰ ਦੱਸਣ ਡਿਆਂ ਮੈਨੂੰ ਤੰਗ ਨਾ ਕਰ ਇੱਕ ਵਾਰੀ ਬੱਸ ਨਹੀਂ ਆਉਂਦੀ ਮੈਂ ਪਰੇਸ਼ਾਨ ਬੜਾ ਮੇਰੇ ਤੋਂ 20 ਫੁੱਟ ਦੂਰ ਹੋ ਕੇ ਖੜਾ 20 ਫੁੱਟ ਭਾਜੀ 20 ਫੁੱਟ ਕੀ ਦੱਸੋ ਇਹ ਕਿਹੜਾ ਲੁਧਿਆਣੇ ਦਾ ਬੱਸ ਅੱਡਾ ਐਡਾ ਵੱਡਾ ਜਿਹੜਾ 20 ਫੁੱਟ ਦੂਰ ਹੋ ਜਾਵਾਂ ਮੈਂ ਪਿੰਡ ਦਾ ਬੱਸ ਅੱਡਾ ਨਿੱਕਾ ਆ ਇੱਥੋਂ ਚੱਲੇ ਇੱਥੇ ਖਤਮ ਓਏ ਆ ਮੇਰੀ ਗੱਲ ਸੁਣ ਆ ਉਂਗਲ ਫੜਾ ਆ ਉਂਗਲ ਫੜਾ ਆ ਕੀ ਜੀ ਇਹਨੂੰ ਇੱਥੇ ਰੱਖ ਲੈ ਮੂੰਹ ਤੇ ਹੁਣ ਬੋਲਿਆ ਨਾ ਹਿਸਾਬ ਲਾਣੀ ਬੰਦ ਰੱਖ ਮੂੰਹ ਉਹਦਾ ਤਾਂ ਕੀਤਾ ਮੂੰਹ ਤੇ ਉਂਗਲ ਰੱਖ ਲਈ ਬੋਲਾਂਗਾ ਕਿੱਦਾਂ ਹੁਣ ਮੈਂ ਮੂੰਹ ਤੇ ਉਂਗਲ ਹੀ ਰੱਖ ਲਈ ਜਦੋਂ ਓ ਯਾਰ ਜਿੱਦਾਂ ਬੋਲਣ ਡਿਆ ਇੱਦਾਂ ਹੀ ਗੱਲ ਸੁਣ ਲਾ ਮੇਰੀ ਜੇ ਤੂੰ ਹੁਣ ਬੋਲਿਆ ਨਾ ਆਹ ਜਿਹੜੀ ਬੱਸ ਆਉਣੀ ਨਾ ਇਹਦੇ ਥੱਲੇ ਹੀ ਤੈਨੂੰ ਮਾਰ ਦੂੰ ਮੈਂ ਦੇ ਕੇ ਤੈਨੂੰ ਕਤੂਰਿਆ ਜਿਹਾ ਅੱਛਾ ਕਤੂਰਿਆਂ ਨੂੰ ਕਹਿ ਰਹੇ ਜੇ ਮੈਨੂੰ ਲੱਗਾ ਕਿਤੇ ਮੈਨੂੰ ਕਹਿ ਰਹੇ ਜੇ ਕਿਤੇ ਮੈਨੂੰ ਕਿਹਾ ਹੁੰਦਾ ਤਾਂ ਮੈਂ ਦੱਸਦਾ ਕੀ ਦੱਸਦਾ ਕੀ ਦੱਸਦਾ
ਆਹੀ ਕਿ ਮਿੰਤਾ ਕਿੱਦਾਂ ਕਰੀ ਦੀ ਹੁੰਦੀ ਆ। ਓ ਯਾਰ ਤੂੰ ਹੈ ਕੌਣ ਆ, ਕੀ ਨਾਮ ਕੀ ਆ ਤੇਰਾ? ਮੇਰਾ ਨਾਮ ਆ ਪਲਵਾਨ। ਪਲਵਾਨ? ਆ ਪਲਵਾਨ? ਉਹ ਪਲਵਾਨ ਇਹੋ ਜਿਹੇ ਆ? ਉਹ ਜੇ ਤੇਰੇ ਵਰਗੇ ਪਲਵਾਨ ਹੋਣ ਲੱਗ ਗਏ ਨਾ, ਲੋਕਾਂ ਦਾ ਪਲਵਾਨੀ ਤੋਂ ਵਿਸ਼ਵਾਸ ਹੀ ਉੱਠ ਜਾਣਾ। ਤੁਸੀਂ ਭਾਜੀ ਮੇਰੀ ਬੇਇੱਜ਼ਤੀ ਕਰ ਰਹੇ ਹੋ। ਤੇ ਜਿਹੜੀ ਤੂੰ ਕਾਕਾ ਪਲਵਾਨੀ ਦੀ ਕੀਤੀ ਆ ਉਹ ਹੈ, ਉਹ ਤੇਰੇ ਵਰਗਾ ਪਲਵਾਨ ਨਾ ਪਲਵਾਨੀ ਦੇ ਵਿੱਚ ਲੜ ਨਹੀਂ ਸਕਦਾ। ਤੇਰੇ ਵਰਗਾ ਪਲਵਾਨ ਸਿਰਫ ਲੋਕਾਂ ਦੀਆਂ ਮਿੰਨਤਾਂ ਕਰ ਸਕਦਾ, ਕਿਉਂਕਿ ਤੂੰ ਲੜਕੇ ਤਾਂ ਜਿੱਤ ਨਹੀਂ ਸਕਦਾ, ਮਿੰਨਤਾਂ ਮੁੰਤਾਂ ਕਰ ਲਿਆ ਕਰ ਭਾਵੇਂ ਜਿੱਤ ਜੇ ਕਿਤੇ। ਭਾਜੀ ਮੇਰੇ ਅੰਦਰਲੇ ਸੁੱਤੇ ਸ਼ੇਰ ਨੂੰ ਨਾ ਜਗਾਓ, ਜੇ ਉਹ ਜਾ ਗਿਆ ਤਾਂ ਕੀ ਕਰ ਲੇਗਾ, ਕੀ ਕਰ ਕੇ ਲਏਗਾ? ਇੱਥੇ ਹੀ ਸੋ ਜਾਊਗਾ। ਫੇਟੇ ਮੂੰਹ ਤੇਰੇ, ਫੇਟੇ ਮੂੰਹ ਤੂੰ ਨਾ ਰੱਖਿਆ। ਓਏ ਓਏ ਉਹ ਕੁਸ਼ਤੀ ਤੋਂ ਪਹਿਲਾਂ ਮਾਫੀਆਂ ਮੰਗਣ ਵਾਲਿਆ, ਕੁਸ਼ਤੀ ਤੋਂ ਪਹਿਲਾਂ ਮਾਫੀਆਂ ਮੰਗਣ ਵਾਲਿਆ, ਉਹ ਤੂੰ ਪਲਵਾਨ ਹੈ? ਉਹ ਤੂੰ ਬਿਲਕੁਲ ਨਹੀਂ ਪਲਵਾਨ, ਤੂੰ ਤਾਂ ਜਮਾ ਇੱਕ ਮਾੜੀ ਦੁਕਾਨ। ਭਾਜੀ ਤੁਸੀਂ ਮੇਰੀ ਬੇਇੱਜ਼ਤੀ ਕਰ ਰਹੇ ਹੋ, ਬਸ। ਕਿੰਨੀ ਕੁ ਵਾਰੀ ਤੇਰੀ ਬੇਇੱਜ਼ਤੀ ਕਰਾਂ ਕਾਕਾ? ਤੂੰ ਕੰਮ ਹੀ ਉਹੋ ਜਿਹੇ ਕਰਨ ਡਿਆ, ਬੇਇੱਜ਼ਤੀ ਕਰਵਾਉਣ ਵਾਲੇ ਉਹੋ ਜਿਹੇ ਬੇਇੱਜ਼ਤੀ ਕਰਵਾਉਣ ਵਾਲੇ, ਤੂੰ ਮੈਨੂੰ ਇਹ ਦੱਸ। ਮੈਂ ਨਾ ਹੁਣ ਬੱਸ ਨੂੰ ਕਾਕਾ ਬਾਅਦ 'ਚੋਂ ਡੀਕਾਂਗਾ, ਪਹਿਲਾਂ ਮੈਂ ਤੇਰੇ ਨਾਲ ਹੀ ਦੋ ਹੱਥ ਕਰ ਲਾਂ, ਤੂੰ ਮੈਨੂੰ ਕਲਪਾ ਛੱਡਿਆ। ਉਹ ਨਾ ਭਲਵਾਨ, ਤੂੰ ਮੈਨੂੰ ਕੋਈ ਕੀਤਾ ਪਰੇਸ਼ਾਨ, ਮੇਰੀ ਗੱਲ ਸੁਣ ਲਾ। ਤੈਨੂੰ ਨਹੀਂ ਲੱਗਦਾ ਵੀ ਤੂੰ ਉਹਦਾ ਨਾਂ ਰੱਖਿਆ ਭਲਵਾਨ? ਆਹ ਸਿਹਤ ਦੇ ਹਿਸਾਬ ਨਾਲ ਤੈਨੂੰ ਭਲਵਾਨੀ ਵਾਲਾ ਨਾਂ ਸੂਟ ਕਰਦਾ? ਐਡਾ ਖਤਰਨਾਕ ਨਾਂ ਤੇ ਤਗੜਾ ਨਾਂ ਕਿਉਂ ਰੱਖਿਆ ਵੀ? ਭਾਜੀ ਇਹਦੇ ਪਿੱਛੇ ਨਾ ਬੜੀ ਲੰਬੀ ਕਹਾਣੀ ਆ। ਉਹ ਜ਼ਿਆਦਾ ਲੰਬੀ ਨਾ ਕਰ, ਆਪਣੀ ਸਿਹਤ ਵੇਖ। ਅੱਜ ਜਿੱਦਾਂ ਦੀ ਤੇਰੀ ਸਿਹਤ ਹੈ ਨਾ, ਤੂੰ ਜ਼ਿਆਦਾ ਲੰਬੀ ਕਹਾਣੀ ਕਿਤੇ ਕਰ ਲਈ ਨਾ, ਤੂੰ ਰਾਹ 'ਚ ਖੱਪ ਮਾਰ ਜਾਣਾ ਆ ਕਿਤੇ ਤੁਰਦੇ ਤੁਰਦੇ ਨੇ ਸਾਹ ਚੜ੍ਹ ਕੇ। ਨਿੱਕੀ ਕਰ ਦੱਸ। ਭਾਜੀ ਮੇਰਾ ਨਾਂ ਭਲਵਾਨ ਹੈ, ਮੈਂ ਨਾ ਭਲਵਾਨ ਬਣਨਾ ਚਾਹੁੰਦਾ ਸੀ। ਅੱਛਾ। ਅਤੇ ਆ ਬਸ ਸਿਹਤ ਜੀ ਕਰਕੇ ਨਹੀਂ ਬਣ ਸਕਿਆ, ਅਤੇ ਫਿਰ ਮੈਂ ਨਾ ਆਪਦੇ ਆਪ ਨੂੰ ਤਸੱਲੀ ਜੀ ਦੇਣ ਲਈ ਮੈਂ ਆਪਦਾ ਨਾਮ ਹੀ ਭਲਵਾਨ ਰੱਖ ਲਿਆ ਬਸ। ਉਹ ਚੱਲ ਰੋ ਨਾ, ਮੈਂ ਤੈਨੂੰ ਇੱਕ ਕੰਮ, ਨਾ ਰੋ ਨਾ, ਕੋਈ ਗੱਲ ਨਹੀਂ, ਤੂੰ ਨਹੀਂ ਭਲਵਾਨ ਬਣ ਸਕਿਆ ਨਾ, ਤੂੰ ਇੱਕ ਕੰਮ ਕਰਿਆ ਕਰ, ਹੈ ਤੂੰ ਨਾ ਸਵੇਰੇ ਸ਼ਾਮ ਦੌੜਿਆ ਕਰ ਮੋਟੇ ਕੱਪੜੇ ਪਾ ਕੇ। ਉਹਦੇ ਨਾਲ ਮੈਂ ਮੋਟਾ ਹੋ ਜਾਊਂਗਾ? ਗੱਲ ਸੁਣ ਮੇਰੀ, ਮੋਟੇ ਦਾ ਮੈਨੂੰ ਪਤਾ ਨਹੀਂ ਤੂੰ ਹੋਵੇਗਾ ਕਿ ਨਹੀਂ ਹੋਵੇਗਾ, ਪਰ ਤੂੰ ਮੋਟੇ ਕੱਪੜੇ ਪਾ ਕੇ ਜਦੋਂ ਦੌੜੇਗਾ ਨਾ, ਉਹਦਾ ਇੱਕ ਫਾਇਦਾ ਹੋ ਜਾਏਗਾ। ਕੀ? ਵੀ ਮੋਟਾ ਤੂੰ ਹੋਵੇ ਨਾ ਹੋਵੇ, ਆ ਜਿਹੜਾ ਸਿਰ ਚੱਕੀ ਫਿਰਦਾ ਭੱਜ ਭੁੱਜ ਕੇ ਖਤਮ ਕਰ ਇਹਨੂੰ, ਕਿੱਥੇ ਚੱਕੀ ਫਿਰਦਾ ਨਾਲ ਦੀ ਨਾਲ। ਭਾਜੀ ਮੇਰੀ ਬੇਇੱਜ਼ਤੀ ਕਰੀ ਜਾ ਰਹੇ ਹੋ ਤੁਸੀਂ। ਜਿਹੜੀ ਤੂੰ ਕਾਕਾ ਭਲਵਾਨੀ ਦੀ ਵਾਰ ਵਾਰ ਕਰਦਾ ਪਿਆ ਉਹ ਕਿਹੜੇ ਪਾਸੇ ਜਾਊਗੀ? ਹਜੇ ਤਾਂ ਮੈਂ ਸ਼ੁਰੂ ਹੋਇਆ ਬੇਇੱਜ਼ਤੀ ਕਰਨਾ, ਹਜੇ ਤਾਂ ਮੈਂ ਅੱਗੇ ਕਰਨੀ ਹੀ ਆ। ਮੇਰੀ ਗੱਲ ਸੁਣ, ਜਦੋਂ ਬਹੁਤ ਹੀ ਹਵਾ ਆਵੇ ਤੂੰ ਬਾਹਰ ਨਾ ਜਾਇਆ ਕਰ। ਕਿਉਂ? ਉੱਠ ਜਾਏਗਾ ਅੱਜ ਤਾਰੀ ਤੇਰੀ ਸਿਹਤ। ਹੋਰ ਗੱਲ ਸੁਣ, ਕਿਤੇ ਮੀਂਹ ਕਣੀ ਪੈਂਦਾ ਨਾ, ਉਹ ਮੀਂਹ ਕਣੀ ਪੈਂਦਾ ਬਾਹਰ ਨਾ ਜਾਇਆ ਕਰ। ਪੁੱਛ ਕਿਉਂ? ਕਿਉਂ? ਰੋੜ ਜਾਏਗਾ ਤੇਰੇ ਘਰ ਦੇ ਕਾਕਾ ਜੀ, ਤੈਨੂੰ ਕਿੱਥੇ ਲੱਭਦੇ ਫਿਰਨਗੇ ਨਾਲਿਆਂ ਨੁਲਿਆਂ ਦੇ ਵਿੱਚ। ਉਹ ਤੇਰੇ ਨਾਲ ਤਾਂ ਤਕੜੇ ਡੱਡੂ ਹੁੰਦੇ, ਇਹਨਾਂ ਨੂੰ ਪਤਾ ਨਹੀਂ ਲੱਗਣਾ ਸਾਡਾ ਮੁੰਡਾ ਕਿ ਡੱਡੂ ਆ। ਓਏ ਅੱਜ ਇੱਦਾਂ ਦੀ ਤੇਰੀ ਸ਼ਕਲ ਹੈ ਨਾ, ਇਹੋ ਜਿਹਾ ਮੀਂਹ ਦੇ ਪਾਣੀਆਂ ਦੇ ਵਿੱਚ ਜਵਾ ਕੇ ਕਿਸ਼ਤੀਆਂ ਬਣਾ ਬਣਾ ਛੱਡਦੇ ਨੇ। ਆਓ ਗਈ, ਉਹ ਤੈਨੂੰ ਵੀ ਕਿਸੇ ਨੇ ਫੜ ਕੇ ਪਾਣੀ ਦੇ ਵਿੱਚ ਐਂ ਹੀ ਰੋੜ ਦੇਣਾ। ਓਏ ਉਹ ਮੱਛੀਆਂ 'ਚ ਪੂੰਗ, ਉਹ ਮੇਰੀ ਗੱਲ ਸੁਣ ਲਾ ਤੂੰ। ਉਹ ਹੁਣ ਮੈਂ ਤੈਨੂੰ ਕੀ ਕਵਾਂ, ਉਹ ਕਮਜ਼ੋਰੀ ਦੀ ਦੁਕਾਨ, ਉਹ ਭਲਵਾਨੀ ਦੇ ਨਾਂ ਤੋਂ ਪਰੇਸ਼ਾਨ, ਉਹ ਮੈਨੂੰ ਕਿਉਂ ਕੀਤਾ ਹੀ ਪਰੇਸ਼ਾਨ, ਉਹ ਦਫਾ ਹੋ, ਕੀ ਕਵਾਂ ਤੈਨੂੰ, ਬੇਇੱਜ਼ਤੀ ਦੀ ਦੁਕਾਨ। ਬਸ ਭਾਜੀ ਬਹੁਤ ਹੋ ਗਿਆ, ਹੁਣ ਏਦਾਂ ਗੱਲ ਨਹੀਂ ਬਣਨੀ, ਮੈਨੂੰ ਲੱਗਦਾ ਮੈਨੂੰ ਇੱਥੋਂ ਜਾਣਾ ਹੀ ਪੈਣਾ। ਉਹ ਗੱਲ ਸੁਣ, ਮੈਨੂੰ ਡਰਾਈ ਦਿੱਤਾ। ਗੱਲ ਸੁਣ, ਇੱਧਰ ਦੀ ਨਾ ਜਾਈ, ਪੁੱਛ ਕਿਉਂ? ਉਹ ਇੱਧਰ ਹਵਾ ਬੜੀ ਚੱਲਦੀ, ਉੱਡ ਜਾਏਗਾ। ਉਹ ਮੇਰੀ ਬੱਸ ਵੀ ਆ ਗਈ, ਮੈਂ ਵੀ ਚੱਲਦਾ ਬੱਸ ਦੇ ਵਿੱਚ।